ਇੱਥੋਂ ਕੱਚੀਆਂ ਇੱਟਾਂ ਲਿਜਾਈਆਂ ਜਾਂਦੀਆਂ ਨੇ ਜੀ, ਪਹਿਲਾਂ ਇਹ ਸਟੋਰ ਕਰਕੇ ਰੱਖਦੇ ਨੇ ਅਤੇ ਇਦੋਂ ਬਾਅਦ ਫਿਰ ਚੱਲ ਜਾਂਦੀ ਆ ਉੱਧਰ ਭੱਠੇ 'ਤੇ ਇੱਟਾਂ। ਇੱਦਾਂ ਵੀਰੇ ਪਹਿਲਾਂ ਕੱਚੀਆਂ ਇੱਟਾਂ ਹੈ ਲੀਟ ਕਹਿੰਦੇ ਨੇ, ਚਿੰਦਾ ਦਿੰਦੇ ਨੇ ਹਿਸਾਬ ਨਾਲ, ਫਿਰ ਇਹਨਾਂ 'ਤੇ ਕੋਲਾ ਪਈ ਜਾਂਦਾ, ਕੋਲਾ ਸਾਨੂੰ ਪੈਂਦਾ ਵੀ ਦਿਖਾਵਾਂਗੇ, ਜਿਵੇਂ ਦਾ ਗਾਹਾਂ ਦਿਖਾਇਆ ਸਾਨੂੰ ਪੈਂਦਾ ਇੰਨਾ ਹਿਸਾਬ। ਇਸ ਤਰ੍ਹਾਂ ਲੱਗਦੀਆਂ ਨੇ ਵੀਰੇ ਇੱਟਾਂ, ਹਾਂਜੀ ਇਹ 'ਚ ਕੋਲਾ ਪਾਈ ਜਾਂਦੇ ਨੇ, ਇੱਥੇ ਗਰਮੀ ਬਹੁਤ ਹੀ, ਨਾਲੇ ਠੰਡ ਦੇ ਦਿਨ 'ਤੇ ਹੁਣ ਗਰਮੀ ਆਉਂਦੀ ਅਤੇ ਉੱਪਰ ਮਤਲਬ ਇੱਕ ਸਾਈਡ ਦਾ ਖੂੰਜੀ ਦਾ ਇੱਧਰ ਐਂ ਹੁੰਦਾ ਹੈ, ਇੱਕ ਸਾਈਡ ਦਾ ਹੀ ਜਾਈ ਜਾਂਦਾ ਇਹਦਾ ਠੀਕ ਹੈ ਵੀਰੇ, ਠੀਕ ਹੈ ਵੀਰੇ, ਠੀਕ ਹੈ ਵੀਰੇ, ਸੱਤ ਅੱਠ ਗੇੜ ਠੀਕ ਹੈ। ਇਹ ਇੱਟਾਂ ਦੀ ਚਿਣਾਈ ਇਹ ਹਿਸਾਬ ਨਾਲ ਕਰਦੇ ਨੇ ਹਨ ਵੀਰੇ, ਜਿਹੜੀ ਸਾਰੀ ਨੂੰ ਅੱਗ ਨੂੰ ਇੱਟ ਪਈ ਜਾਵੇ। ਕਿੰਨੇ ਟਾਈਮ ਚ ਬਣ ਜਾਂਦੀ ਵੀਰੇ ਹਿੱਟ? ਇਹ ਤਾਂ ਬਈ ਯਾਰ 24 ਘੰਟੇ ਜਾਂ 2 ਚੈਂਬਰ ਬਣਦੇ ਨੇ, ਇੱਕ ਚੈਂਬਰ ਚ ਮੈਨੂੰ ਲੱਗਦਾ 20,000 ਇੱਟ ਹੁੰਦੀ ਹੈ ਨਾ, ਵੀ 12,000 ਘੰਟੇ ਚ, ਮਤਲਬ 12 ਘੰਟਿਆਂ 'ਚ ਮਤਲਬ ਬਣ ਜਾਂਦੀ ਇਹ। ਠੀਕ ਹੈ ਵੀਰੇ, ਥੈਂਕ ਯੂ ਵੀਰੇ। ਤੁਸੀਂ ਐਂ ਕਰੋ ਜੀ, ਅਸੀਂ ਜੇ ਭਰਿਆ